ਰਾਤ ਦਾ ਖਾਣਾ ਬਣਾਉਣ ਦੇ ਵਿੱਚ ਅੱਜ ਮੈਨੂੰ ਕਾਫੀ ਦੇਰ ਹੋ ਗਈ ਜੀ। ਮੈਂ ਸੋਚਿਆ ਫਟਾਫਟ ਬਣਾਉਂਦੇ ਹਾਂ ਸਿੰਪਲ ਤਰੀਕੇ ਦੇ ਨਾਲ ਦਾਲ ਖਿਚੜੀ। ਪਹਿਲਾਂ ਬਣਾਵਾਂਗੇ ਆਪਾਂ ਦਾਲ। ਦਾਲ ਬਣਾਉਣ ਲਈ ਮੈਂ ਇੱਕ ਕੁੱਕਰ ਦੇ ਵਿੱਚ ਤੇਲ ਲਿਆ, ਉਹਦੇ ਵਿੱਚ ਫਿਰ ਦਾਲ ਚੀਨੀ, ਕਾਲੀ ਮਿਰਚਾਂ ਅਤੇ ਜੀਰਾ ਪਾ ਦਿੱਤਾ ਹੈ। ਜੀਰਾ ਚਟਕਣ 'ਤੇ ਉਹਦੇ ਵਿੱਚ ਕੱਟੇ ਹੋਏ ਪਿਆਜ਼, ਦੋ ਹਰੀਆਂ ਮਿਰਚਾਂ, ਅਦਰਕ ਲਸਣ ਕੱਟ ਕੇ ਮੈਂ ਇਕੱਠੇ ਹੀ ਪਾ ਦਿੱਤੇ ਹੈ ਜੀ। ਉਹਨਾਂ ਨੂੰ ਆਪਾਂ 1 ਤੋਂ 1.5 ਮਿੰਟ ਥੋੜ੍ਹਾ ਬਰਾਊਨ ਹੋਣ ਤੱਕ ਭੁੰਨ ਲੈਣਾ ਹੈ। ਪਿਆਜ਼ ਆਪਣੇ ਆਲਮੋਸਟ ਭੁੱਜ ਚੁੱਕਿਆ ਜੀ। ਉਹਦੇ ਵਿੱਚ ਕੱਟਿਆ ਹੋਇਆ ਮੈਂ ਇੱਕ ਟਮਾਟਰ ਪਾ ਦਿੱਤਾ ਹੈ। ਟਮਾਟਰ ਪਾ ਕੇ ਟਮਾਟਰ ਦੇ ਗਲਣ ਤੱਕ ਆਪਾਂ ਤੜਕੇ ਨੂੰ ਦੁਬਾਰਾ ਫਿਰ ਭੁੰਨ ਲੈਣਾ ਹੈ। ਤੜਕਾ ਆਪਣਾ ਭੁੱਜ ਚੁੱਕਾ ਹੈ ਜੀ। ਹੁਣ ਆਪਾਂ ਟੇਸਟ ਅਕੋਰਡਿੰਗ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਨਮਕ, ਫਿਰ ਹਲਦੀ ਪਾਊਡਰ, ਥੋੜ੍ਹੀ ਜਿਹੀ ਲਾਲ ਮਿਰਚ, ਉਸ ਤੋਂ ਬਾਅਦ ਇਹ ਹੈਗਾ ਜੀ ਧਨੀਆ ਪਾਊਡਰ ਅਤੇ ਕਸਤੂਰੀ ਮੇਥੀ ਪਾ ਕੇ ਅਤੇ ਆਪਾਂ ਮਸਾਲੇ ਅਤੇ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਮਿਕਸ ਕਰਕੇ ਆਪਾਂ 1 ਮਿੰਟ ਪਕਾਵਾਂਗੇ ਜੀ। 1 ਮਿੰਟ ਪਕਾਉਣ ਤੋਂ ਬਾਅਦ ਮੈਂ ਬਣਾ ਰਹੀ ਹਾਂ ਦਾਲ ਮੂੰਗੀ ਮਸਰ ਦੀ। ਮੂੰਗੀ ਮਸਰਾਂ ਦੀ ਉਹਨਾਂ ਨੂੰ ਮੈਂ 1 ਘੰਟਾ ਪਹਿਲਾਂ ਭਿਉਂ ਕੇ ਰੱਖ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੜਕੇ ਦੇ ਵਿੱਚ ਪਾ ਦਿੱਤਾ ਹੈ ਜੀ। 1 ਬਾਊਲ ਇੱਥੇ ਮੈਂ ਲਿਆ ਹੈਗਾ ਦਾਲ ਦਾ ਅਤੇ ਮੈਂ 3 ਬਾਊਲ ਲੈ ਰਹੀ ਹਾਂ ਪਾਣੀ। ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ। ਮਿਕਸ ਕਰਕੇ ਆਪਾਂ ਗੈਸ ਦੀ ਮੀਡੀਅਮ ਫਲੇਮ 'ਤੇ ਆਪਾਂ ਕੁੱਕਰ ਦਾ ਜਿਹੜਾ ਢੱਕਣ ਆ ਕਵਰ ਕਰਕੇ ਉੱਪਰੋਂ ਅਤੇ ਆਪਾਂ 2 ਵਿਸਲ ਆਉਣ ਤੋਂ ਬਾਅਦ ਗੈਸ ਦੀ ਫਲੇਮ ਔਫ ਕਰ ਦਿਆਂਗੇ। ਜਦੋਂ ਆਪਣੀਆਂ 2 ਵਿਸਲ ਕੰਪਲੀਟ ਹੋ ਗਈਆਂ ਜੀ, ਉਦੋਂ ਬਾਅਦ ਆਪਾਂ ਗੈਸ ਔਫ ਕਰ ਦੇਣਾ ਹੈ। ਇਸ ਦੇ ਨਾਲ ਜਿਹੜੀ ਮੂੰਗੀ ਮਸਰ ਦੀ ਦਾਲ ਆਪਣੀ 2 ਵਿਸਲ ਦੇ ਨਾਲ ਹੀ ਬਣ ਜਾਂਦੀ ਹੈ। ਉਸ ਬਣਾ ਬਾਅਦ ਬਣਾ ਰਹੇ ਹਾਂ ਆਪਾਂ ਖਿਚੜੀ। ਖਿਚੜੀ ਬਣਾਉਣ ਲਈ ਜੀ 1 ਪੈਨ ਦੇ ਵਿੱਚ ਮੈਂ ਓਇਲ ਲਿਆ ਹੈ। ਉਸ ਤੋਂ ਬਾਅਦ ਉਹਦੇ ਵਿੱਚ ਸਭ ਤੋਂ ਪਹਿਲਾਂ ਦਾਲ ਚੀਨੀ, ਜੀਰਾ, ਕਾਲੀਆਂ ਮਿਰਚਾਂ, ਤੇਜ਼ ਪੱਤਾ, 2 ਸੁੱਕੀਆਂ ਮਿਰਚਾਂ ਲਈਆਂ ਨੇ ਮੈਂ ਲਾਲ, ਅਤੇ ਉਹਦੇ ਵਿੱਚ ਫਿਰ ਕੱਟਿਆ ਹੋਇਆ ਅਦਰਕ ਲਸਣ ਅਤੇ ਫਿਰ ਪਿਆਜ਼ ਮੈਂ ਐਡ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਅਤੇ 30 ਸੈਕਿੰਡ ਤੱਕ ਮੈਂ ਉਹਨਾਂ ਨੂੰ ਕੁੱਕ ਕਰ ਲਵਾਂਗੀ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਲਏ ਨੇ 2 ਮੀਡੀਅਮ ਸਾਈਜ਼ ਦੇ ਆਲੂ, ਉਹਨਾਂ ਨੂੰ ਮੈਂ ਲੰਮੇ ਕੱਟ ਕੇ ਲੈ ਲਿਆ ਹੈ। ਇਹ ਪਾ ਕੇ ਇਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਸੇਕ ਲਵਾਵਾਂਗੇ। ਇਸ ਦੇ ਬਾਅਦ ਮੈਂ ਲਈ ਹੈ ਜੀ 1 ਸ਼ਿਮਲਾ ਮਿਰਚ। ਸ਼ਿਮਲਾ ਮਿਰਚ ਨੂੰ ਵੀ ਆਪਾਂ ਇਸੇ ਤਰ੍ਹਾਂ ਮਿਕਸ ਕਰ ਲਾਂਗੇ ਅਤੇ ਪਕਾਵਾਂਗੇ। ਉਸ ਤੋਂ ਬਾਅਦ ਮੈਂ ਲਿਆ ਹੈਗਾ ਜੀ 1 ਟਮਾਟਰ। ਤੁਸੀਂ ਇੱਥੇ ਤੁਹਾਡੇ ਕੋਲ ਜੋ ਸਬਜ਼ੀਆਂ ਹੈਗੀਆਂ ਤੁਸੀਂ ਉਹ ਆਪਣੇ ਮਨਪਸੰਦ ਦੀਆਂ ਖਿਚੜੀ ਦੇ ਵਿੱਚ ਪਾ ਸਕਦੇ ਹੋ। ਅੱਜ ਆਪਾਂ ਫਟਾਫਟ ਸਬਜ਼ੀਆਂ ਪਾ ਕੇ ਖਿਚੜੀ ਬਣਾ ਰਹੇ ਹਾਂ। ਇਹ ਬਹੁਤ ਹੀ ਹੈਲਥੀ ਵੀ ਹੋਵੇਗੀ ਅਤੇ ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਹੈ। ਉਸ ਤੋਂ ਬਾਅਦ ਮੈਂ ਲਾਲ ਸੁੱਕੀਆਂ ਮਿਰਚਾਂ ਨੂੰ ਹਮੇਸ਼ਾ ਕੁੱਟ ਕੇ ਰੱਖਦੀ ਹਾਂ ਜੀ। ਉਹਨਾਂ ਦੀ ਪੇਸਟ ਪਾ ਦਿੱਤੀ ਹੈ 1/2 ਚਮਚ। ਇਹਦੇ ਨਾਲ ਜਿਹੜਾ ਖਿਚੜੀ ਦਾ ਟੇਸਟ ਆ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ। ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਬਣਾ ਕੇ ਦੇਖਿਓ। ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਰੈਸਪੀ ਵਧੀਆ ਲੱਗਦੀਆਂ ਹੈ ਤਾਂ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤਾਂ ਜੋ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਮੈਂ ਰੈਸਪੀ ਸ਼ੇਅਰ ਕਰਦੀ ਰਹਾਂਗੀ। ਇਸ ਤੋਂ ਬਾਅਦ ਜੀ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਟੇਸਟ ਅਕੋਰਡਿੰਗ ਨਮਕ ਅਤੇ ਕਸਤੂਰੀ ਮੇਥੀ। ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਜੀ ਇਹ ਮੈਂ ਖਿਚੜੀ, ਚੌਲ ਅਤੇ ਦਾਲ ਨੂੰ ਮੈਂ ਭਿਉਂ ਕੇ ਰੱਖ ਦਿੱਤਾ ਸੀ। ਆਪਾਂ ਨੂੰ ਰੈਡੀਮੇਡ ਮਿਕਸਰ ਵੀ ਮਿਲ ਜਾਂਦਾ ਹੈ ਖਿਚੜੀ, ਤਾਂ ਤੁਸੀਂ ਉਹ ਵੀ ਲਿਆ ਕੇ ਵਰਤ ਸਕਦੇ ਹੋ। ਇਹਦੇ ਵਿੱਚ ਮੈਂ ਥੋੜ੍ਹੇ ਜਿਹੜੇ ਚੌਲ ਉਹ ਜ਼ਿਆਦਾ ਲਏ ਆ ਅਤੇ ਦਾਲ ਘੱਟ ਰਹੀ ਹੈ। ਤੁਸੀਂ ਮੂੰਗੀ ਮਸਰ ਦੀ ਦਾਲ, ਮੂੰਗੀ ਦੀ ਦਾਲ ਵੀ ਪਾ ਸਕਦੇ ਹੋ ਸਾਬਤ, ਅਤੇ ਹਾਫ ਵੀ ਮੂੰਗੀ ਮਸਰ ਦੀ ਦਾਲ ਵਰਤ ਸਕਦੇ ਹੋ। ਉਹਨੂੰ ਮੈਂ ਚੰਗੀ ਤਰ੍ਹਾਂ ਭਿਉਂ ਕੇ 1 ਘੰਟਾ ਪਹਿਲਾਂ ਇਸ ਤਰ੍ਹਾਂ ਮੈਂ ਜਾਲੀ ਦੇ ਵਿੱਚ ਕੱਢ ਕੇ ਰੱਖ ਦਿੱਤਾ ਸੀ ਅਤੇ ਫਿਰ ਮੈਂ ਤੜਕੇ ਦੇ ਵਿੱਚ ਜੋ ਆਪਾਂ ਸਬਜ਼ੀਆਂ ਤੜਕਾ ਬਣਾਇਆ ਉਹਦੇ ਵਿੱਚ ਮਿਕਸ ਕਰਕੇ ਜੀ 1 ਮੇਰੇ ਕੋਲ ਬਾਊਲ ਖਿਚੜੀ ਦਾ ਹੈ ਅਤੇ 2 ਬਾਊਲ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ।
ਮਿਕਸ ਕਰਕੇ ਜੀ ਆਪਾਂ ਬਿਲਕੁਲ ਮੀਡੀਅਮ ਫਲੇਮ ਤੋਂ ਇਹਨੂੰ 8 ਤੋਂ 10 ਮਿੰਟ ਪਕਾਵਾਂਗੇ। ਦੂਸਰੇ ਪਾਸੇ ਜਿਹੜੀ ਆਪਣੀਆਂ 2 ਵਿਸਲਾਂ ਆ ਗਈਆਂ ਸੀਗੀਆਂ ਅਤੇ ਗੈਸ ਦੀ ਫਲੇਮ ਮੈਂ ਔਫ ਕਰ ਦਿੱਤੀ ਸੀ, ਦੇਖੋ ਇਸ ਦੇ ਬਾਅਦ ਜਿਹੜੀ ਆਪਣੀ ਦਾਲ ਆ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਅਤੇ ਹੁਣ ਪਾ ਰਹੀ ਹਾਂ ਜੀ ਮੈਂ ਇਹਦੇ ਵਿੱਚ ਕੱਟਿਆ ਹੋਇਆ ਫਰੈਸ਼ ਹਰਾ ਧਨੀਆ, ਅਤੇ ਇਸ ਦੇ ਨਾਲ ਟੇਸਟ ਆ ਜਿਹੜਾ ਹੋਰ ਵੀ ਵੱਧ ਜਾਂਦਾ ਹੈ। ਹਰਾ ਧਨੀਆ ਪਾ ਕੇ ਆਪਾਂ ਮਿਕਸ ਕਰ ਦਿਆਂਗੇ ਜੀ। ਦੂਸਰੇ ਪਾਸੇ ਆਪਣੀ ਖਿਚੜੀ ਵੀ ਤਿਆਰ ਹੋ ਚੁੱਕੀ ਹੈ, ਚਲੋ ਹੁਣ ਆਪਾਂ ਸਰਵ ਕਰਾਂਗੇ। ਦੇਖੋ ਆਪਣੀ ਖਿਚੜੀ ਵੀ ਬਹੁਤ ਵਧੀਆ ਅਤੇ ਬਹੁਤ ਟੇਸਟੀ ਬਣ ਕੇ ਤਿਆਰ ਹੋਈ ਸੀ, ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਅਤੇ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਚਲੋ ਸਰਵ ਕਰਕੇ ਦਿਖਾਉਂਦੀ ਹਾਂ ਮੈਂ ਤੁਹਾਨੂੰ। ਲਓ ਜੀ ਖਿਚੜੀ ਆਪਣੀ ਰੈਡੀ ਹੈ, ਇਹਨੂੰ ਗਰਮਾ ਗਰਮ ਸਰਵ ਕਰੋ ਅਤੇ ਗਰਮਾ ਗਰਮ ਖਾਓ, ਬਹੁਤ ਹੀ ਹੈਲਥੀ ਦਾਲ ਖਿਚੜੀ, ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ, ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਵੈਸੇ ਵੀ ਰਾਤ ਦੇ ਸਮੇਂ ਤਾਂ ਆਪਾਂ ਨੂੰ ਹਲਕਾ ਫੁਲਕਾ ਹੀ ਖਾਣਾ ਚਾਹੀਦਾ ਹੈ। ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਜੀ ਰੈਸਪੀ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਨੂੰ ਪ੍ਰੈਸ ਕਰਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂਗੀ, ਪਿਆਰ ਦਿੰਦੀ ਰਹਾਂਗੀ, ਮੈਨੂੰ ਵੀ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ। ਥੈਂਕ ਯੂ ਸੋ ਮਚ, ਬਾਏ ਬਾਏ।